ਹਾਂਜੀ, ਅੱਜ ਗਵਾਹੀਆਂ ਹੋਈਆਂ ਨੇ ਅਤੇ ਜਿਹੜੀ ਅਗਲੀ ਡੇਟ ਹੈ ਉਹ 30 ਇਸੇ ਮੰਥ ਦੀ ਹੈ ਜਿਹੜੀ ਪੈ ਗਈ ਅਗਲੀ ਪੇਸ਼ੀ। ਤਾਂ ਕੁਛ ਅੱਜ ਹੋ ਗਈਆਂ, ਕੁਛ ਅਗਲੀ ਤਰੀਕ 'ਤੇ ਹੋ ਜਾਣਗੀਆਂ। ਤਾਂ ਗਵਾਹੀਆਂ ਵਧੀਆ ਜਿਹੜਾ ਪ੍ਰੋਸੈਸ ਚੱਲੀ ਜਾਂਦਾ ਹੈ। ਕਿੰਨੀਆਂ ਗਵਾਹੀਆਂ ਹੋਈਆਂ ਕੋਈ? ਸ਼ੁਰੂ ਹੋਈ ਹੈ ਹਲੇ ਅੱਜ, ਤਾਂ ਅੱਗੇ ਮੇਰਾ ਖਿਆਲ ਹੈ ਇੱਕ ਕੰਪਲੀਟ ਹੋ ਗਈ ਹੋਣੀ ਹੈ, ਤਾਂ ਨੈਕਸਟ ਅਗਲੀ ਹੈ ਇੱਦਾਂ ਹੋ ਜੂਗੀ ਸਾਰੀ ਅੱਗੇ। ਅਕਲ ਇੱਕ ਇਸ਼ੂ ਬਣਾ ਰੱਖੇ ਬਾਬਾ, ਚਿਰ ਤੋਂ ਕਹਿੰਦੇ ਵੀ ਗਵਾਹੀ ਨਹੀਂ ਹੋ ਰਹੀ, ਗਵਾਹੀ ਨਹੀਂ, ਅੱਜ ਉਹ ਵੀ ਸ਼ੁਰੂ ਹੋ ਗਈ। ਨਹੀਂ ਇਸ਼ੂ ਨਹੀਂ ਕੋਈ ਬੇਟਾ, ਉਹ ਤਾਂ ਬਸ ਹੁਣ ਅਦਾਲਤ ਦੀ ਇੱਕ ਮਰਿਆਦਾ ਹੁੰਦੀ ਹੈ, ਕਦੇ ਕੋਈ ਚੀਜ਼ ਦੀ ਘਾਟ ਹੁੰਦੀ ਹੈ, ਕਦੇ ਕਿਸੇ ਦੀ ਹੁੰਦੀ ਹੈ, ਮਤਲਬ ਹਰ ਇੱਕ ਚੀਜ਼ ਬੜੀ ਸੋਚ ਸਮਝ ਕੇ ਹੀ ਹੁੰਦੀ ਹੈ। ਤਾਂ ਜਿੱਦਾਂ ਸਾਡੇ ਵਕੀਲ ਸਾਹਿਬਾਨ ਦਾ ਕੋਈ ਰਾਏ ਹੁੰਦੀ ਹੈ ਉਹਦੇ ਮੁਤਾਬਕ ਆਪਾਂ ਚੱਲਦੇ ਹਾਂ, ਤਾਂ ਠੀਕ ਚੱਲ ਰਿਹਾ ਸਾਰਾ ਕੁਛ ਵਧੀਆ। ਲੋਕ ਕਿਉਂ ਨਹੀਂ ਸੋਚਦੇ ਜੀ ਇਹਨਾਂ ਗੱਲਾਂ ਨੂੰ? ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਫੈਲਾਉਣ ਲੱਗ ਜਾਂਦੇ ਆ, ਫਿਰ ਵੀ ਕਹਿੰਦੇ ਵੀ ਬਹੁਤ ਟਾਈਮ ਤੋਂ ਲੱਗੇ ਪਏ ਸੀ। ਦੇਖੋ ਜੀ, ਹੁਣ ਸੰਭਵ ਨਹੀਂ ਹੁੰਦਾ, ਹੁਣ ਜਿੱਦਾਂ ਤੁਸੀਂ ਗਵਾਹੀ ਬਾਰੇ ਪੁੱਛਿਆ, ਇਹ ਇੱਕ ਬੜਾ ਅਹਿਮ ਮੁੱਦਾ ਹੈ। ਤਾਂ ਹੁਣ ਗਵਾਹੀ ਬਾਰੇ ਆਪਾਂ ਪਬਲਿਕਲੀ ਜਾਂ ਪ੍ਰੈਸ ਦੇ ਸਾਹਮਣੇ ਵੀ ਹਾਲੇ ਤੱਕ ਕੁਛ ਕਹਿ ਨਹੀਂ ਸਕਦੇ, ਕਿਉਂਕਿ ਅੰਦਰ ਦੀਆਂ ਗੱਲਾਂ ਨੇ ਕੋਰਟ ਦੇ। ਤਾਂ ਜਦ ਤੱਕ ਪੂਰਾ ਪ੍ਰੋਸੈਸ ਨਹੀਂ ਹੋ ਜਾਂਦਾ, ਤਾਂ ਅਦਾਲਤ ਦੀ ਕਾਰਵਾਈ ਨੂੰ ਆਪਾਂ ਬਾਹਰ ਕਿੱਦਾਂ ਦੱਸ ਦਈਏ, ਹੈ ਨਾ? ਤਾਂ ਹੁਣ ਲੋਕਾਂ ਦੇ ਮਨ ਦੇ ਵਿੱਚ ਉਤਸੁਕਤਾ ਹੁੰਦੀ ਹੈ ਇਸ ਗੱਲ ਨੂੰ ਜਾਣ ਕੇ, ਕੀ ਹੋਇਆ ਅਦਾਲਤ ਦੇ ਵਿੱਚ, ਹੁਣ ਕੀ ਹੋਊਗਾ, ਅਗਲੀ ਤਰੀਕ 'ਤੇ ਕੀ ਹੋਊਗਾ। ਉਹਦਾ ਕਰਕੇ ਫਿਰ ਜਿਹੜੀ ਸਾਡੇ ਕੁਛ ਭਰਾ ਤੁਹਾਡੇ 'ਚੋਂ ਹੁੰਦਾ ਲਾਣਾ, ਉਹ ਕਾਲੇ ਹੁੰਦੇ ਨੇ ਵਿਊ ਦੇ ਲਈ, ਉਹ ਫਿਰ ਐਵੇਂ ਸ਼ਗੂਫੇ ਛੱਡੀ ਜਾਣੇ, ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਬਾਈ, ਇੱਕ ਜਿਹੜੀ ਇੰਟਰਵਿਊ ਹੋਈ ਸੀ ਬਿਸ਼ਨੋਈ ਦੀ, ਉਸ 'ਚ ਕੋਈ ਅਪਡੇਟ, ਕੋਈ ਮਾਮਲਾ ਦਰਜ ਕੀਤਾ, ਕੋਈ ਪਤਾ ਹੋਈ? ਇੰਟਰਵਿਊ ਦੇ ਮਾਮਲੇ 'ਚ ਦੇਖੋ, ਨਾਮ ਵੀ ਸਾਰੇ ਸਾਹਮਣੇ ਆ ਗਏ, ਹੈ ਨਾ, ਪਰੰਤੂ ਮੈਨੂੰ ਲੱਗਦਾ ਹੈ ਵੀ ਸਰਕਾਰ ਹਾਲੇ ਵੀ ਉਹਨਾਂ ਨੂੰ ਬਚਾਉਣ ਦੇ ਚੱਕਰ 'ਚ ਲੱਗੀ ਹੋਈ ਹੈ। ਦੇਖੋ ਤੁਸੀਂ, ਅਦਾਲਤ ਨੇ 5 ਬੰਦਿਆਂ 'ਤੇ FIR ਕੱਟਤੀ, ਹਾਲੇ ਤੁਸੀਂ ਸੁਣ, ਤੁਹਾਨੂੰ ਪਤਾ ਕਿਸੇ ਨੂੰ ਵੀ 5 ਦੇ ਨਾਮ ਕੀ ਨੇ? ਹਾਲੇ ਤੱਕ ਉਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ। ਮੈਨੂੰ ਹਾਲੇ ਇੱਕ ਖਦਸ਼ਾ ਹੋਰ ਵੀ ਹੈ ਵੀ ਉਹਨਾਂ 'ਚੋਂ ਕਿਸੇ ਨੂੰ ਪ੍ਰਮੋਟ ਵੀ ਕੀਤਾ ਜਾ ਰਿਹਾ ਸ਼ਾਇਦ, ਹਾਲੇ ਮੈਨੇ ਕਨਫਰਮ ਨਹੀਂ ਇਸ ਗੱਲ ਦੇ ਉੱਤੇ। ਮੈਂ ਬਾਈ ਨੇਮ, ਮੈਨੂੰ ਲੱਗ ਜੂਗਾ ਪਤਾ, ਮੈਂ ਕਦੋਂ ਤੁਹਾਨੂੰ ਪ੍ਰੈਸ ਦੇ ਸਾਹਮਣੇ ਫਿਰ ਆਊਂਗਾ। ਤਾਂ ਜੇ ਇਸ ਤਰ੍ਹਾਂ ਕੀਤਾ ਜਾਂਦਾ ਤਾਂ ਮੈਨੂੰ ਸਰਕਾਰ ਦੀ ਮੰਸ਼ਾ ਦੇ ਉੱਤੇ ਹਾਲੇ ਵੀ ਸ਼ੱਕ ਹੈ ਵੀ ਉਹ ਹਾਲੇ ਵੀ ਬਦਮਾਸ਼ਾਂ ਦੇ ਨਾਲ, ਗੈਂਗਸਟਰਾਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਔਰ ਜੋ ਮੁਲਾਜ਼ਮਾਂ ਨੇ ਆਪਣੀ ਜ਼ਮੀਰ ਨੂੰ ਵੇਚ ਕੇ ਆਪ ਇੱਕ ਪੈਸਾ ਮੁੱਖ ਰੱਖ ਕੇ ਮੁਰਦਾਰ ਖਾਧੀ ਹੈ, ਤਾਂ ਉਹ ਉਹਨਾਂ ਦਾ ਜਿਹੜੀ ਪਿੱਠ ਹੈ ਹਾਲੇ ਵੀ ਥਾਪੜੀ ਜਾ ਰਹੀ ਹੈ। ਸਰ, ਜਿਹੜੀ FIR ਹੋਈ ਆ ਉਹਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ? ਕੁਛ ਲੋਕਾਂ ਮੈਂ ਇਸੇ ਕਰਕੇ ਮੈਨੂੰ ਤੁਸੀਂ ਉਹਦੇ ਅਗੇਂਸਟ ਕੀ? ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ, ਮੈਨੂੰ ਇਸੇ ਕਰਕੇ ਹੀ ਤਾਂ ਸ਼ੱਕ ਹੈ ਗੌਰਮੈਂਟ 'ਤੇ ਵੀ ਉਸ FIR ਨੂੰ ਜਨਤਕ ਨਹੀਂ ਕੀਤਾ ਜਾਂਦਾ। ਹਾਲੇ ਤੱਕ ਉਹਦਾ ਕਿਤੋਂ ਵੀ ਬਿਓਰਾ ਨਹੀਂ ਮਿਲ ਰਿਹਾ ਵੀ ਕਿਹੜੇ ਬੰਦੇ ਨੇ, ਕਿਹੜੇ ਅਫਸਰ ਨੇ। ਅੰਦਾਜ਼ਾ ਵੀ ਫਲਾਨਾ ਹੋ ਸਕਦਾ, ਫਲਾਨਾ ਹੋ ਸਕਦਾ, ਪਰੰਤੂ ਉਹਨਾਂ ਦੇ ਨਾਂ ਜਿਹੜੇ ਹੈ ਗੁਪਤ ਰੱਖੇ ਜਾ ਰਹੇ ਨੇ। ਇਹ ਵੀ ਪਤਾ ਵੀ ਹੋ ਸਕਦਾ ਉਹਨੂੰ ਤਰੱਕੀ ਦੇ ਕੇ ਕਿਸੇ ਦਾ ਮਾਣ ਸਤਿਕਾਰ 'ਚ ਹੋਰ ਵਾਧਾ ਕਰ ਦੇਣਾ ਵੀ ਉਹਦੇ ਨੇ ਬਹੁਤ ਚੰਗਾ ਕੰਮ ਕੀਤਾ, ਪਰੰਤੂ ਹਜ਼ਾਰਾਂ ਮਾਪੇ ਜਿਹੜੇ ਆਪਦੇ ਜਿਹੜੇ ਨੇਕ ਪੁੱਤ ਕਮਾਈਆਂ ਵਾਲੇ ਨੇ ਉਹਨਾਂ ਦੇ ਲਈ ਚਿੰਤਿਤ ਜ਼ਰੂਰ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ। ਇਹ ਇਕੱਲਾ ਮੇਰਾ ਸਵਾਲ ਨਹੀਂ ਹੈ, ਮੈਂ ਤਾਂ ਸਭ ਕੁਛ ਖਤਮ ਕਰ ਹੀ ਲਿਆ ਆਪਣਾ, ਲੇਕਿਨ ਅਸੀਂ ਲੜਾਈ ਲੜਦੇ ਹਾਂ ਜਿਹੜੇ ਕਰੋੜਾਂ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ, ਤਾਂ ਸਾਡੇ ਵਰਗੇ ਕਰੋੜਾਂ ਮਾਪੇ ਨੇ ਜਿਹੜੇ ਆਪਣੇ ਪੁੱਤਾਂ ਦੀ, ਆਪਣੇ ਬੱਚਿਆਂ ਦੀ ਸੁਰੱਖਿਆ ਲਈ ਗੰਭੀਰ ਨੇ ਜਾਂ ਚਿੰਤਾ 'ਚ ਨੇ। ਤਾਂ ਜਦੋਂ ਇਹੋ ਜਿਹਾ ਕੁਛ ਸਾਡੀਆਂ ਸਰਕਾਰਾਂ ਦੀ ਨੱਕ ਦੇ ਥੱਲੇ ਹੋਊਗਾ ਤਾਂ ਸਹਿਜੇ ਹੀ ਚਿੰਤਾ ਕਰਨੀ ਤਾਂ ਬਣਦੀ ਹੈ। ਔਰ ਮੁੱਖ ਮੰਤਰੀ ਸਾਹਿਬ, ਤੁਸੀਂ ਕੱਲ੍ਹ ਵੇਖਿਆ ਹੋਊਗਾ, ਬੁਲਟ ਪਰੂਫ ਸ਼ੀਸ਼ਿਆਂ ਦੇ ਵਿੱਚ ਭਾਸ਼ਣ ਦਿੰਦੇ ਨੇ, ਹੈ ਨਾ। ਇੱਕ ਪਾਸੇ ਦਾਅਵਾ ਕਰਦੇ ਨੇ ਵੀ ਸਾਡੀ ਜਿਹੜੀ ਲਾਅ ਐਂਡ ਆਰਡਰ ਦੀ ਹਾਲਤ ਬਹੁਤ ਵਧੀਆ ਹੈ, ਤਾਂ ਜੇ ਕਾਨੂੰਨ ਇੰਨਾ ਚੰਗਾ, ਤੁਹਾਡੀ ਜਿਹੜੀ ਪੁਲਿਸ ਇਸ ਤਰ੍ਹਾਂ ਗੁੰਡਿਆਂ ਦੇ ਨਾਲ ਰਲੀ ਹੋਈ ਹੈ, ਤਾਂ ਤੁਸੀਂ ਸੁਰੱਖਿਅਤ ਸ਼ੀਸ਼ੇ ਭਾਵੇਂ 10 ਲਾ ਲਓ, ਕਿੱਦਾਂ ਕਿਵੇਂ ਸੁਰੱਖਿਅਤ ਰਹੋਗੇ? ਤੁਹਾਨੂੰ ਸਿਸਟਮ ਸਾਫ਼ ਕਰਨਾ ਪੈਣਾ, ਪਹਿਲਾਂ ਤੁਸੀਂ ਇੱਕ ਜ਼ਿੰਮੇਵਾਰ ਅਹੁਦੇ 'ਤੇ ਹੋ,
ਸ਼ੀਸ਼ਿਆਂ ਨਾਲ ਤੁਹਾਡੀ ਸੁਰੱਖਿਆ ਨਹੀਂ ਹੋਣੀ, ਅਸੂਲਾਂ ਨਾਲ ਤੁਹਾਡੇ ਵੱਲੋਂ ਕੀਤੀ ਗਈਆਂ ਕਾਰਵਾਈਆਂ ਦੇ ਨਾਲ ਪੰਜਾਬ ਸੁਰੱਖਿਅਤ ਹੋਣਾ। ਲਾ ਲਓ ਸ਼ੀਸ਼ੇ ਜਿੰਨਾ ਤੁਹਾਡਾ ਮਰਜ਼ੀ ਜੀ ਕਰਦਾ।